गणतंत्र दिवस के किसानों की ट्रैक्टर परेड दौरान लाल किले धार्मिक झंडे लाए जाने तो बाद अदाकार दीप सिद्धू लगातार आलोचना का सामना कर रहे हैं, जिथे दीप सिद्धू ने अपने सोशल मीडिया से लाइव होकर आख्या है कि मैं जांच तो पीछे नहीं भजूंगा। इसे नाल ही दीप सिद्धू ने कहा है कि मैं कुछ भी गलत नहीं किया, इसलिए मैं भजूंगा नहीं। दरअसल 26 जनवरी नू लाल किले ते केसरी झंडा लहराने के दोष च दीप सिद्धू खिलाफ केस दर्ज किया गया। इस वीडियो च दीप सिद्धू ने कहा है कि दिल्ली पुलिस नू परेशान होने की लोड़ नहीं है, मैं 2 दिन तक खुद जांच लई पहुंच जावांगा। इदू बाद आपां पंजाबी च गल करदे आं। मेरे अरेस्ट वारंट जिहड़े जारी होए आ ਉਹਦੇ ਲਈ ਮੈਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਆ। ਮੇਰਾ ਲੁੱਕਆਊਟ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ, ਤਾਂ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ। ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਅਤੇ ਅਸੀਂ ਡਰੀਏ ਵੀ ਕਿਉਂ? ਜੇ ਅਸੀਂ ਕੁਛ ਗਲਤ ਹੀ ਨਹੀਂ ਕੀਤਾ ਤਾਂ ਅਸੀਂ ਡਰੀਏ ਵੀ ਕਿਉਂ? ਸੋ ਇਸ ਕਰਕੇ ਇਨਵੈਸਟੀਗੇਸ਼ਨ ਏਜੰਸੀਜ਼ ਨੂੰ, ਪੁਲਿਸ ਡਿਪਾਰਟਮੈਂਟ ਨੂੰ ਮੈਂ ਇਹ ਗੱਲ ਕਹਿੰਦਾ ਵੀ ਤੁਸੀਂ ਭਾਲਣ ਵਾਸਤੇ ਘਰੋ ਘਰੀ ਜਾਂ ਬੰਦਿਆਂ ਨੂੰ ਬੁਲਾਉਣਾ ਇਹ ਖੇਚਲ ਨਾ ਕਰੋ। ਮੈਂ ਆਪੇ ਹੀ ਤੁਹਾਡੇ ਕੋਲ 2 ਕੁ ਦਿਨਾਂ 'ਚ ਆ ਜਾਊਂਗਾ, ਅਤੇ ਆਪਾਂ ਉਦੋਂ ਬਾਅਦ ਜੋ ਇਨਵੈਸਟੀਗੇਸ਼ਨ ਸਟਾਰਟ ਕਰਨੀ ਹੋਈ ਕਰ ਲਾਂਗੇ। ਪਰ ਜਿਸ ਤਰ੍ਹਾਂ ਦੀਆਂ ਅਫਵਾਹਾਂ, ਜਿਸ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ, ਉਹ ਸਭ ਕੁਛ ਕਿਸੇ ਤੱਥ ਦੇ ਆਧਾਰ 'ਤੇ ਨਹੀਂ ਆ, ਅਤੇ ਸੱਚਾਈ ਨੂੰ ਸਾਹਮਣੇ ਤੱਥਾਂ ਦੇ ਆਧਾਰ 'ਤੇ ਰੱਖਣ ਲਈ ਮੈਨੂੰ 2 ਕੁ ਦਿਨ ਚਾਹੀਦੇ ਆ, ਅਤੇ ਉਹ ਮੈਂ ਸਾਰੇ ਆਪਦਾ ਪਰੂਫ ਐਵੀਡੈਂਸ ਇਕੱਠਾ ਕਰ ਲੈਣਾ, ਅਤੇ ਮੁੜ ਕੇ ਤੁਹਾਡੇ ਕੋਲ ਆਪਾਂ ਬਹਿ ਕੇ ਜੋ ਕਰਨਾ ਹੋਇਆ ਉਸ ਢੰਗ ਨਾਲ ਨਜਿੱਠ ਲਾਂਗੇ। ਸੋ ਜੋ ਕੁਛ ਹੁਣ ਤੁਸੀਂ FIR ਦਰਜ ਕੀਤੀ ਆ, ਕੁਛ ਜਿਹੜੇ ਚਾਰਜਸ ਲਾਏ ਆ ਮੇਰੇ ਤੇ, ਕੋਈ ਨਹੀਂ ਉਹ ਨਜਿੱਠਾਂਗੇ, ਉਹ ਕੋਈ ਖਾਸ ਗੱਲ ਨਹੀਂ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।